ਸ਼ੈਫ ਨਵੀਂ ਹਾਜ਼ਰ ਆ ਜੀ ਪੀਜ਼ਾ ਬਣਾਉਣ ਵੇਲੇ। ਲਓ ਜੀ ਆਪਣਾ ਪੀਜ਼ਾ ਬਣ ਕੇ ਰੈਡੀ ਆ, ਹੁਣ ਇਹਨੂੰ ਆਪਾਂ ਰੱਖ ਦਿੰਦੇ ਉਹਦੇ ਵਿੱਚ ਆਪਣਾ ਦੇਸੀ ਜੁਗਾੜ ਹੋਵੇ, ਦੇਸੀ ਪੀਜ਼ਾ ਚੱਲਾ। ਹੁਣ ਆਪਾਂ ਇਹਨੂੰ ਦਿੰਦੇ ਢੱਕ। ਆ ਚੁੱਕਿਆ ਦੇਖੋ, ਇਹ ਜਿਹੜਾ ਹੋਮ ਮੇਡ ਆਪਾਂ ਘਰੇ ਬਣਾਇਆ, ਦੇਖੋ ਕਿੱਦਾਂ ਆਇਆ, ਲੱਗਦਾ ਕਿ ਨਹੀਂ ਉਦਾਂ ਦਾ। ਹਜੇ ਆਹ ਮੈਂ ਖੋਲ ਕੇ ਨਹੀਂ ਦੇਖਿਆ, ਇਹ ਦਿਖਾਉਂਦਾ ਮੈਂ ਤੁਹਾਨੂੰ। ਸੋ ਆਹ ਦੇਖੋ ਪਹਿਲਾਂ ਯਾਰ, ਸਾਰੇ ਵਧੀਆ ਹੋਵੇ। ਅਤੇ ਗਾਈਸ ਅੱਜ ਆਪਾਂ ਕੰਪੈਰੀਜ਼ਨ ਵੀਡੀਓ ਕਰਨ ਜਾ ਰਹੇ ਹਾਂ ਜੀ, ਫੂਡ ਵਲੌਗ ਥੰਬਨੇਲ ਤੁਸੀਂ ਦੇਖ ਲਿਆ। ਸੋ ਬਿਨਾਂ ਕਿਸੇ ਦੇਰੀ ਤੋਂ ਵਲੌਗ ਨੂੰ ਸਟਾਰਟ ਕਰਦੇ ਹਾਂ। ਅਤੇ ਆਪਾਂ ਪਹਿਲਾਂ ਜਾ ਕੇ ਉੱਥੋਂ ਲੈ ਕੇ ਆਵਾਂਗੇ ਰੈਸਟੋਰੈਂਟ ਆਊਟਲੈਟ 'ਚੋਂ, ਤੋ ਫਿਰ ਘਰੇ ਬਣਾਵਾਂਗੇ, ਦੇਖਾਂਗੇ ਕਿਹੜਾ ਬੈਸਟ ਆ। ਸੋ ਬਣੇ ਰਹੋ ਵਲੌਗ ਦੇ ਲਾਸਟ ਤੱਕ, ਜ਼ਰੂਰ ਦੇਖਿਓ। ਚੈਨਲ 'ਤੇ ਨਵੇਂ ਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਜੇ ਕਿਸੇ ਨੇ ਪਿਛਲਾ ਵਲੌਗ ਨਹੀਂ ਦੇਖਿਆ ਉਹ ਜਾ ਕੇ ਜ਼ਰੂਰ ਦੇਖ ਲਿਓ, ਥੱਲੇ ਡਿਸਕ੍ਰਿਪਸ਼ਨ। ਸੋ ਚਲੋ ਆਪਾਂ ਚੱਲਦੇ ਹਾਂ। ਅੱਜ ਵੀ ਖਾਲੀ, ਅੱਜ ਐਤਵਾਰ ਹੈ ਨਾ ਤਾਂ ਕਰਕੇ। ਮੋਟਰਸਾਈਕਲ ਦੀ ਰਾਤੀ ਖੜਾ ਆ, ਜਾਦਾ ਹੀ ਬਾਹਰੇ ਖੜਾ, ਅੰਦਰ ਆਇਆ ਯਾਰ। ਸ਼ੈਫ ਨਵੀਂ ਹਾਜ਼ਰ ਆ ਜੀ ਪੀਜ਼ਾ ਬਣਾਉਣ ਵੇਲੇ। ਸੋ ਚੈੱਕ ਕਰੋ, ਸ਼ਿਮਲਾ ਮਿਰਚ ਬਹੁਤ ਹੋਣ, ਪਿਆਜ਼ ਵੀ ਪਾ ਦਿੰਦੇ ਆ। ਸਬਜ਼ੀਆਂ ਜੀ, ਹੁਣ ਉੱਤੇ ਪਾਉਂਦੇ ਹਾਂ ਚੀਜ਼। ਦੇਖੀ ਤੂੰ ਆਹ ਸਾਡੇ ਕਈ ਪੀਜ਼ਾ ਆ, ਬਹੁਤ। ਲਓ ਜੀ ਆਪਣਾ ਪੀਜ਼ਾ ਬਣ ਕੇ ਰੈਡੀ ਆ, ਹੁਣ ਇਹਨੂੰ ਆਪਾਂ ਰੱਖ ਦਿੰਦੇ ਉਹਦੇ ਵਿੱਚ। ਚਲੋ ਜੀ ਆਪਣਾ ਦੇਸੀ ਜੁਗਾੜ ਹੋਵੇ, ਦੇਸੀ ਪੀਜ਼ਾ ਚੱਲਾ। ਕਿਦਾਂ ਉਦਾਂ ਦਾ, ਹਜੇ ਆਹ ਮੈਂ ਖੋਲ ਕੇ ਨਹੀਂ ਦੇਖਿਆ, ਇਹ ਦਿਖਾਉਂਦਾ ਮੈਂ ਤੁਹਾਨੂੰ। ਸੋ ਆਹ ਦੇਖੋ ਪਹਿਲਾਂ ਯਾਰ, ਆਪਾਂ
ਅਰੇ ਵਾਹ ਸੋਆ ਚਿਲੀ ਫਲੈਕਸ ਜ਼ਿਆਦਾ ਕੁੱਟ ਨਾ ਹੋ ਜਾਏ। ਸੋ ਗਾਈਸ ਹੁਣ ਆਪਾਂ ਇਹਨੂੰ ਕੱਟਦੇ ਹਾਂ। ਲਓ ਜੀ ਮਿੱਤਰੋ ਕਹਿੰਦੇ ਕੱਟਣ ਨੂੰ ਤਾਂ ਆਹੀ ਆ ਆਪਣੇ ਤੋਂ। ਬਹੁਤ ਇਹ ਇੱਕ ਤਾਂ ਹੋਰ ਮਾਰ ਦਵਾਂ ਚੀਜ਼ ਸਕੂਲ ਕੱਢੀਏ ਪਹਿਲਾਂ ਇਹਦਾ ਗਰਮ ਆ। ਟੀਸਪੂਨ ਲਾਈ ਇਹ ਆਪਣਾ ਹੋ ਗਿਆ ਜੀ ਕਰਦਾ। ਹੁਣ ਆਪਾਂ ਦੇਖਦੇ ਕਿੱਦਾਂ ਦਾ ਆ। ਆਪਾਂ ਜਿਹੜਾ ਅਗਰਵਾਲ ਦੇ ਲਿਆਂਦਾ ਇਹਦਾ ਪ੍ਰਾਈਸ ਹੈਗਾ 170 ਰੁਪਏ ਚੀਜ਼ ਵੈਜ ਪੀਜ਼ਾ। ਠੀਕ ਆ ਆਪਾਂ ਖੋਲਦੇ ਹਾਂ ਆ ਦੇਖੋ ਕੋਰਨ ਚੀਜ਼ ਵੈਜ ਪੀਜ਼ਾ ਇੱਦਾਂ ਦਾ ਕੁਛ ਅਗਰਵਾਲ ਵਾਲਿਆਂ ਨੇ ਜਿਹੜਾ ਆਪਾਂ ਲਿਆਂਦਾ ਥੰਬਨੇਲ ਲਈ ਫੋਟੋ। ਸੋ ਗਾਈਸ ਯਾਰ ਪਿੱਛੇ ਕੁਛ ਦੂਜਾ ਸਾਡੇ ਨਾ ਨੈਟ ਜਿੱਦਾਂ ਨਿਕਲਦਾ ਪਿਆ ਤਾਂ ਕਰਕੇ ਨਾ ਆਹ ਉੱਤੇ ਪਾ ਦਿੰਦੇ ਹਾਂ। ਲਓ ਜੀ ਆਹ ਪਾਤਾ ਵਾਂਕੋ ਚਿਲੀ ਫਲੈਕਸ ਓਰੇਗਾਨੋ ਇੱਕ ਸਾਈਡ ਤੇ ਪੈ ਗਿਆ ਸਾਰਾ। ਸੋ ਗਾਈਸ ਆਏਗਾ ਪੀਜ਼ਾ ਇਹਦੇ ਉੱਤੇ ਵੀ ਸੌਸ ਪਾ ਦਿੰਦੇ ਜਿਹੜੀ ਅਗਰਵਾਲ ਵਾਲਿਆਂ ਨੇ ਦਿੱਤੀ ਉਹ ਪਾਉਂਦੇ ਆਹ ਤਾਂ ਦੂਜੀ ਸੌਸ ਸੀ। ਆਹ ਦੇਖੋ ਆਹ ਬਸ ਹੁਣ ਇਹਦਾ ਟੇਸਟ ਦੇਖਦੇ ਹਾਂ ਕਿੱਦਾਂ ਦਾ। ਆਪਾਂ ਅਗਰਵਾਲ ਵਾਲਿਆਂ ਨੇ ਜਿਹੜਾ ਲਿਆਂਦਾ ਆਪਾਂ ਇਹ ਖਾ ਕੇ ਦੇਖਦੇ ਹਾਂ ਇਹ ਕਿੱਦਾਂ ਦਾ ਆ ਆਹ ਕਿਉਂਕਿ ਆਪਾਂ ਘਰੇ ਬਣਾਇਆ ਇਹਦਾ ਆਪਾਂ ਨੂੰ ਟੇਸਟ ਬਾਅਦ ਚ ਪਤਾ ਲੱਗ ਜੂ। ਪਹਿਲਾਂ ਆਲਾ ਕਰਕੇ ਦੇਖਦੇ ਹਾਂ ਇਹਦਾ ਦੇਖਦੇ ਚੀਜ਼ ਪੂਲ ਆਉਂਦਾ ਕੋਈ ਚੀਜ਼ ਪੂਲ ਨਹੀਂ ਆ। ਆਹ ਦੇਖਦੇ ਹਾਂ ਟਰਾਈ ਕਰਕੇ ਕੋਰਨ ਵੈਜ ਪੀਜ਼ਾ ਸਹੀ ਆ। ਇੰਨਾ ਕੁ ਖਾ ਨਹੀਂ ਮਤਲਬ ਨਾ ਥੋੜ੍ਹਾ ਜਿਹਾ ਠੰਡਾ ਹੋ ਗਿਆ ਜੇ ਅਸੀਂ ਲਿਆਂਦਾ ਨਹੀਂ ਸੀਗਾ। ਸੋ ਪਿੱਛੇ ਪਟਾਕੇ ਵੱਜਦੇ ਉਹਨੂੰ ਥੋੜ੍ਹਾ ਜਿਹਾ ਕੰਪਰੋਮਾਈਜ਼ ਕਰ ਲਿਓ ਠੰਡਾ ਹੋ ਗਿਆ ਤਾਂ ਕਰਕੇ ਇੰਨਾ ਸਵਾਦ ਨਹੀਂ ਲੱਗਦਾ। ਹੁਣ ਆਹ ਕਰਕੇ ਦੇਖਦੇ ਹਾਂ ਇਹ ਜਿਹੜਾ ਆਪਾਂ ਘਰੇ ਬਣਾਇਆ ਉਹ ਵਾਲਾ ਇਹਦਾ ਚੀਜ਼ ਨਿਕਲਦਾ। ਸੋ ਆਹ ਆਪਣਾ ਜਿਹੜਾ ਘਰੇ ਬਣਾਇਆ
ਯਾਰ ਜਿਹੜਾ ਆਪਾਂ ਘਰੇ ਬਣਾਇਆ ਨੇ ਇਹਦੇ ਵਿੱਚ ਆਪਾਂ ਕੋਰਨ ਨਹੀਂ ਪਾਏ, ਇਹਦੇ ਵਿੱਚ ਉਹਨਾਂ ਨੇ ਕੋਰਨਸ ਵੀ ਪਾਏ ਆ ਕੋਰਨ, ਤਾਂ ਕਰਕੇ ਉਹਦੇ ਨਾਲ ਮੈਨੂੰ ਤਾਂ ਆਪਣੇ ਵਾਲਾ ਵਧੀਆ ਲੱਗਾ, ਆਹ ਨਹੀਂ ਇੰਨਾ ਵਧੀਆ ਲੱਗਾ। ਸੋ ਆਪਾਂ ਕੈਮਰਾ ਮੈਨ ਨੂੰ ਕਰਾਉਂਦੇ ਹਾਂ। ਲਓ ਬਈ ਆਪਣਾ ਚੱਕ ਲਾ ਪੀਜ਼ਾ, ਆਪਣਾ ਤੂੰ ਆਪਣਾ ਪੀਜ਼ਾ ਚੱਕ ਲਾ, ਇਦਾਂ ਫੜਾ ਦੇ ਕੋਈ ਨਹੀਂ। ਹਾਂ ਲੈ ਦੇਖਦੇ ਹਾਂ ਇਹ ਕਿੱਦਾਂ ਦਾ ਆ, ਦੱਸ ਸਵਾਦ ਆ ਵਾਲਾ ਦੇਖਦਾ। ਕਿੱਦਾਂ ਦਾ ਆ ਵੀ ਆ ਗਿਆ, ਇਹਨੂੰ ਟੇਸਟ ਕਰਾਉਂਦੇ ਆ। ਇਹ ਸਹੀ ਹੈ ਨਾ, ਦੇਖਿਆ ਜਿਹੜਾ ਘਰੇ ਬਣਾਈ ਸੀ ਉਹ ਐਨ ਵਧੀਆ ਹੁੰਦੀ ਆ। ਚਲੋ ਤੂੰ ਵੀ ਟੇਸਟ ਕਰ, ਆਹੀ ਚੱਕ ਲਾ। ਆਹ ਵਾਲਾ ਖਾ ਕੇ ਦੇਖ ਲਾ ਕਿੱਦਾਂ ਦਾ ਆ, ਸਹੀ ਨੀ। ਆਹ ਚੈੱਕ ਕਰ, ਆਹ ਆਪਣਾ ਜਿਹੜਾ ਘਰੇ ਬਣਾਇਆ। ਆਹੋ ਮੈਂ ਸਬਜ਼ੀਆਂ ਐਨ ਭਰ ਭਰ ਕੇ ਪਈਆਂ, ਇਹਦੇ ਵਿੱਚ ਸਬਜ਼ੀਆਂ ਥੋੜੀਆਂ ਆ ਦੇਖੋ। ਚੱਲ ਸਾਗ ਆ ਜਿਹੜਾ ਆ, ਹੈ ਆ ਬੈਸਟ ਆ, ਇਹ ਆਪਾਂ ਘਰੇ ਬਣਾਇਆ। ਫਿਰ ਇਹ ਦੇਖ ਲਾ ਘਰੇ ਵਾਲੀ ਚੀਜ਼ ਵਧੀਆ ਹੁੰਦੀ ਆ। ਕਿੰਨੇ ਇਹ ਪੜਦੇ ਆ, ਵਧੀਆ ਕਿੰਨੇ ਪੈਸੇ ਕਿ ਪੈਟਰੋਲ। ਸੋ ਹੁਣ ਆਪਾਂ ਖਾਂਦੇ ਹਾਂ, ਇੰਜੋਏ ਕਰਦੇ ਹਾਂ। ਤੇ ਆ ਲੈਣਾ ਵੇ ਆਪਣੇ ਵਾਲਾ ਜਾਂ ਆਹ ਇੱਕ ਇੱਕ ਪੀਸ ਰੱਖਣਾ ਮੰਮੀ ਲਈ। ਮੌਕਾ ਦਿਆ ਇੱਕ ਪੀਸ ਰਹਿ ਗਿਆ। ਆਹ ਨਜ਼ਾਰਾ ਆ ਗਿਆ ਵਧੀਆ ਯਾਰ। ਜੇ ਤੁਹਾਨੂੰ ਨਹੀਂ ਆਉਂਦਾ ਨਾ ਬਣਾਉਣਾ, ਇਸ ਤੋਂ ਬਾਅਦ ਇੱਕ ਇਸ ਤੋਂ ਪਹਿਲਾਂ ਇੱਕ ਮੈਂ ਬਲੌਗ ਪਾਇਆ ਸੀ ਹੋਮਮੇਡ ਪੀਜ਼ਾ ਵਾਲਾ, ਉਹ ਜ਼ਰੂਰ ਜਾ ਕੇ ਦੇਖਿਓ। ਉਹਦੇ ਵਿੱਚ ਸਾਰਾ ਡਿਟੇਲ 'ਚ ਮੈਂ ਦੱਸਿਆ ਸੀ ਘਰੇ ਕਿੱਦਾਂ ਪੀਜ਼ਾ ਬਣਾ ਸਕਦੇ ਹਾਂ। ਜੇ ਤਾਂ ਤੋਂ ਓਵਨ ਨਹੀਂ ਵੀ ਹੈਗਾ ਤਾਂ ਵੀ ਬਣ ਜੂਗਾ, ਜਿੱਦਾਂ ਆਪਾਂ ਹੁਣ ਬਣਾਇਆ ਓਦਾਂ ਆਪਾਂ ਤੁਸੀਂ ਬਣਾ ਸਕਦੇ ਘਰੇ ਜਦੋਂ ਮਰਜ਼ੀ। ਉਹ ਯਾਰ ਇਹ ਆਹ ਦੇਖ ਸੌਸ ਦੇਖ ਕਿੱਦਾਂ ਦੀ, ਆਹ ਦੇਖੋ ਗਾਈਸ ਆ ਮੂਹਰੇ ਦੇਖੋ ਆਹ ਇੱਦਾਂ ਦਾ ਬਣਿਆ, ਤੇ ਆਹ ਉੱਤੇ ਸੌਸ ਦੇਖੋ ਆਹ ਜਿਹੜੀ ਮੂਹਰੇ ਪਾਈ ਇੱਦਾਂ ਦੀ ਆ, ਨਹੀਂ ਸਵਾਦ ਆ ਨਾ। ਆਹ ਦੇਖੋ ਪਾਣੀ ਪਾਣੀ ਆ ਗੰਦੀ ਜਿਹੀ ਸੌਸ ਆ, ਇਹ ਨਹੀਂ ਪਾਉਣੀ। ਪਹਿਲਾਂ ਮੈਂ ਉੱਤੇ ਪਾ ਕੇ ਬਹਿ ਗਿਆ ਸੀਗਾ। ਸੋ ਹੁਣ ਆਪਾਂ ਅਗਰਵਾਲ ਵਾਲਾ ਪੀਜ਼ਾ ਖਾਂਦੇ, ਇਹ ਠੰਡਾ ਹੋ ਗਿਆ ਯਾਰ, ਜਿਹੜਾ ਘਰੇ ਬਣਾਇਆ ਉਹ ਘੈਂਟ ਸੀ ਪੀਜ਼ਾ। ਗੱਲ ਤਾਂ ਅਸੀਂ ਆਉਣਾ ਖਾਂਦੇ ਹਾਂ ਅਤੇ ਅੱਗੇ ਦੇਖਦੇ ਹਾਂ ਕੀ ਬਣਦਾ ਬਲੌਗ ਦੇ ਵਿੱਚ। ਸੋ ਇਹਦੇ ਵਿੱਚ ਕੰਪੈਰੀਜ਼ਨ ਹੀ ਕਰਨਾ ਸੀ ਯਾਰ, ਰੈਸਟੋਰੈਂਟ ਕਹਿ ਲਓ ਸ਼ੋਪ ਕਹਿ ਲਓ ਜੋ ਮਰਜ਼ੀ ਕਹਿ ਲਓ, ਉਹਦਾ ਪੀਜ਼ਾ ਅਤੇ ਘਰ ਦਾ ਪੀਜ਼ਾ। ਸੋ ਸਾਨੂੰ ਤਾਂ ਘਰ ਦਾ ਪੀਜ਼ਾ ਵਧੀਆ ਲੱਗਾ, ਅਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜਾ ਵਧੀਆ ਲੱਗਦਾ, ਅਤੇ ਤੁਸੀਂ ਜ਼ਿਆਦਾ ਕਿਹੜਾ ਖਾਂਦੇ ਆ, ਘਰ ਦਾ ਜਾਂ ਬਾਹਰਲਾ। ਘਰ ਦੇ ਵਿੱਚ ਯਾਰ ਇੱਕ ਗੱਲ ਆ, ਜਿੰਨੀਆਂ ਮਰਜ਼ੀ ਸਬਜ਼ੀਆਂ ਪਾ ਲਓ ਉਹ 'ਚ ਥੋੜ੍ਹੀਆਂ ਹੋਈਆਂ ਸਬਜ਼ੀਆਂ ਪਾਉਣੀਆਂ ਹੁੰਦੀਆਂ, ਜਿੱਦਾਂ ਕਿ ਮੈਂ ਥੋੜ੍ਹੀਆਂ ਹੀ ਪਾਈਆਂ ਸੀਗੀਆਂ। ਸੋ ਸੋ ਬਸ ਹੁਣ ਅਸੀਂ ਖਾਂਦੇ ਹਾਂ ਅਤੇ ਅੱਗੇ ਦੇਖਦੇ ਹਾਂ ਕੀ ਬਣਦਾ ਬਲੌਗ ਦੇ ਵਿੱਚ। ਸੋ ਗਾਈਸ ਪੀਜ਼ਾ ਗਿਆ ਮੁੱਕ, ਅਤੇ ਇੱਧਰ ਪਿਆ ਸਾਰਾ ਸਮਾਨ ਖਾਲੀ। ਸੋ ਹੁਣ ਆਪਾਂ ਗਏ ਹਾਂ ਜੀ ਪੈਣ। ਸੋ ਗਾਈਸ ਆਪਾਂ ਪੀਜ਼ਾ ਤਾਂ ਯਾਰ ਖਾ ਲਿਆ,
ਮਸਤ ਹੋਏ ਬਸ ਹੁਣ ਨੀਂਦ ਹੀ ਆਉਣ ਲੱਗੀ ਪੀਜ਼ਾ ਖਾ ਕੇ ਦੋ ਪੀਜ਼ੇ ਤਿੰਨ ਪੀਜ਼ੇ ਖਾ ਲਿਆ ਬਾਅਦ 'ਚ ਇੱਕ ਹੋਰ ਬਣਾਇਆ ਸੋ ਬਸ ਅਤੇ ਹੋਪ ਕਰਦੇ ਹਾਂ ਯਾਰ ਆਹ ਛੋਟਾ ਜਿਹਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਊ ਵਧੀਆ ਲੱਗਾ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਬਸ ਇਹਦੇ ਵਿੱਚ ਯਾਰ ਕੰਪੈਰੀਜ਼ਨ ਕਰਨਾ ਸੀਗਾ ਦੇਖਣਾ ਸੀਗਾ ਬਾਹਰ ਕਿੱਦਾਂ ਦਾ ਪੀਜ਼ਾ ਅਤੇ ਘਰ ਦਾ ਜੇ ਬਣਾਈਏ ਕਿੱਦਾਂ ਦਾ ਸੇਮ ਲੱਗੂਗਾ ਜਾਂ ਕਿਹੜਾ ਵਧੀਆ ਲੱਗੂਗਾ ਸੋ ਯਾਰ ਮੈਨੂੰ ਤਾਂ ਜਿਹੜਾ ਘਰ ਬਣਾਇਆ ਉਹ ਵਧੀਆ ਲੱਗਾ ਕਿਉਂਕਿ ਉਹਦੇ ਵਿੱਚ ਸਬਜ਼ੀਆਂ ਜ਼ਿਆਦਾ ਪਈਆਂ ਸੀ ਜਿਹੜੇ ਆਪਾਂ ਲਿਆਂਦਾ ਸੀ ਉਹਦੇ ਵਿੱਚ ਘੱਟ ਸੀ ਸਬਜ਼ੀਆਂ ਸੋ ਬਸ ਆਪਣੇ ਵਾਲੇ 'ਚ ਬਸ ਕੋਰਨਸ ਨਹੀਂ ਪਏ ਸੀਗੇ ਬਾਕੀ ਤਾਂ ਸਾਰਾ ਕੁਝ ਪਾਇਆ ਸੀ ਸੋ ਬਸ ਅੱਜ ਦੇ ਵਲੋਗ ਤਾਂ ਬਸ ਇੱਥੇ ਤਾਂ ਹੀ ਰੱਖਦੇ ਹਾਂ ਅਤੇ ਹੋਪ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਯਾਰ ਤੁਸੀਂ ਦੇਖਣਾ ਹੈ ਨਾ ਕਿੱਦਾਂ ਬਣਦਾ ਹੈ ਬੜਾ ਸਿੰਪਲ ਆ ਕੋਈ ਧਾਮ ਜਾਮ ਨਹੀਂ ਹੈਗਾ ਇਹਦਾ ਅਤੇ ਬਸ ਸਿੱਧਾ ਮੈਂ ਇੱਕ ਥੱਲੇ ਵੀਡੀਓ ਦਾ ਲਿੰਕ ਪਾਉਂਦਾ ਹਾਂ ਉਹ ਜਾ ਕੇ ਜ਼ਰੂਰ ਦੇਖਿਓ ਵਲੋਗ ਸੋ ਉਹ ਵੀ ਮੇਰਾ ਹੀ ਆ ਉਹ ਵੀ ਮੈਂ ਬਣਾਇਆ ਘਰੇ ਇਹ ਤੋਂ ਪਹਿਲਾਂ ਬਣਾਇਆ ਸੀਗਾ ਸੋ ਉਹ ਤੁਸੀਂ ਦੇਖਿਓ ਕਿੱਦਾਂ ਦਾ ਬਣਾਇਆ ਸੋ ਬਸ ਅੱਜ ਦੇ ਵਲੋਗ ਨੂੰ ਇੱਥੇ ਤੋਂ ਹੀ ਰੱਖਦੇ ਹਾਂ ਹੋਪ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਉਹ ਵਾਲਾ ਵਲੋਗ ਜਾ ਕੇ ਦੇਖ ਲਿਓ ਜਿਹਨੇ ਸਿੱਖਣਾ ਸੋ ਬਸ ਅੱਜ ਦੇ ਵਲੋਗ 'ਚ ਇੱਥੇ ਇੰਨਾ ਕੁ ਹੀ ਅਤੇ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਕਿਸੇ ਘੈਂਟ ਜੀ ਵੀਡੀਓ ਦੇ ਨਾਲ ਜਾਂ ਕਾਈਟ ਵਲੋਗਸ ਦੇ ਨਾਲ ਸੋ ਹਿੰਟ ਮਿਲ ਗਿਆ ਨਾ ਬਹੁਤ ਚਲਾਕ ਹੋ ਰਹੇ ਹੋ ਸੋ ਕੋਈ ਗੱਲ ਨਹੀਂ ਗਾਈਸ ਅੱਗੇ ਤੋਂ ਹੁਣ ਕਾਈਟ ਵਲੋਗ ਸ਼ੁਰੂ ਹੋਣ ਲੱਗੇ ਆ ਸੋ ਬਣੇ ਰਹੋ ਵਲੋਗ ਦੇ ਵਲੋਗਾਂ ਦੇ ਨਾਲ ਅਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਯਾਰ ਸਬਸਕ੍ਰਾਈਬ ਕਰ ਲਓ ਯਾਰ ਫਰੀ ਦਾ ਬਟਨ ਆ ਥੱਲੇ ਜਲਦੀ ਜਾ ਕੇ ਦੱਬ ਦਿਓ ਅਤੇ ਬਸ ਫਰੀ ਦਾ ਬਟਨ ਆ ਉਹਨੂੰ ਕੋਈ ਪੈਸਾ ਨਹੀਂ ਲੱਗਣਾ ਕੋਈ ਨਹੀਂ ਬਸ ਕਲਿੱਕ ਕਰਨਾ ਅਤੇ ਬਸ ਮਿਲਦੇ ਹਾਂ ਅਗਲੇ ਵਲੋਗ 'ਚ ਟਿਲ ਦੈਨ ਥੈਂਕਸ ਫੋਰ ਵਾਚਿੰਗ।